ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਇੱਕ ਮਹਾਂਪੰਚਾਇਤ ਚੰਡੀਗੜ੍ਹ ਦੇ ਵਿੱਚ ਉਲੀਕੀ ਗਈ ਹੈ। ਦੂਜੇ ਪਾਸੇ ਉਗਰਾਹਾਂ ਜਥੇਬੰਦੀ ਦਾ ਧਰਨਾ ਪ੍ਰਦਰਸ਼ਨ ਜਿਹੜਾ ਉਹ ਵੀ ਜਾਰੀ ਹੈ। ਮੰਗਾਂ ਲਗਭਗ ਉਸੇ ਤਰੀਕੇ ਦੀਆਂ ਨੇ, ਫਿਰ ਚਾਹੇ ਉਹ ਪੰਜਾਬ ਦੀਆਂ ਹੋਣ ਜਾਂ ਦੇਸ਼ ਭਰ ਦੀਆਂ ਹੋਣ। ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਡਾਕਟਰ ਦਰਸ਼ਨਪਾਲ ਨੇ। ਡਾਕਟਰ ਸਾਹਿਬ, ਮਹਾਂਪੰਚਾਇਤ ਦਾ ਮੁੱਖ ਮੰਤਵ ਕੀ ਹੈ ਔਰ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜਾਗਰੂਕ ਕਰੋਗੇ? ਦੂਜੀ ਗੱਲ, ਚੰਡੀਗੜ੍ਹ ਦੇ ਵਿੱਚ ਦਾਖਲ ਹੋਏ ਹੋ, ਕੀ ਕਹਿਣਾ ਚਾਹੁੰਦੇ ਹੋ ਵੀ ਚੰਡੀਗੜ੍ਹ 'ਚ ਅੱਜ ਕਾਫੀ ਲੰਬੇ ਸਮੇਂ ਬਾਅਦ ਜਿਹੜਾ ਪ੍ਰਦਰਸ਼ਨ ਕਰਨ ਦਾ ਸਮਾਂ ਮਿਲਿਆ? ਇੱਕ ਤਾਂ ਦੇਖੋ, ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਕਿ ਚੰਡੀਗੜ੍ਹ ਐਂਟਰ ਕਰਨਾ ਕੋਈ ਔਖਾ ਕੰਮ ਨਹੀਂ ਹੈ। ਚੰਡੀਗੜ੍ਹ ਦੀ ਏਕਤਾ ਚਾਹੀਦੀ ਹੈ, ਇਕੱਠ ਚਾਹੀਦਾ, ਅਰਗ ਪੰਜਾਬ ਦੀਆਂ ਜਥੇਬੰਦੀਆਂ ਦੀ ਇੰਨੀ ਤਾਕਤ ਹੈ, ਇੰਨੀਆਂ ਔਰਗੇਨਾਈਜ਼ ਨੇ, ਇੰਨੀਆਂ ਚੇਤਨ ਨੇ ਕਿ ਉਹ ਪੰਜਾਬ ਸਰਕਾਰ ਹੋਵੇ ਜਾਂ ਕੋਈ ਦਿੱਲੀ ਦੀ ਸਰਕਾਰ ਹੋਵੇ, ਇਹ ਇਕੱਠ ਹੈ ਜਿਹੜਾ ਪੰਜਾਬ ਦੀਆਂ ਜਥੇਬੰਦੀਆਂ ਦਾ ਇੱਕ ਤਰ੍ਹਾਂ ਰੀੜ੍ਹ ਦੀ ਹੱਡੀ ਹੈ, ਦਿਮਾਗ ਵੀ ਹੈ ਇਹ, ਔਰ ਪੂਰੇ ਦੇਸ਼ ਦੀਆਂ ਬਾਕੀ ਜਥੇਬੰਦੀਆਂ ਦੇ ਹੱਥ ਪੈਰ ਨੇ, ਔਰ ਇਹ ਜਿਹੜੇ ਜਥੇਬੰਦੀਆਂ ਦਾ ਪੰਜਾਬ ਦੀਆਂ ਜਥੇਬੰਦੀਆਂ ਦੀ ਜੋ ਤਾਕਤ ਹੈ, ਇਹਦੇ ਤਾਕਤ ਦੇ ਸਿਰ 'ਤੇ ਅੱਜ ਦੋ ਮੋਰਚੇ ਪੰਜਾਬ ਦੇ 34 ਸੈਕਟਰ 'ਚ ਲੱਗੇ ਹੋਏ ਨੇ। ਇੱਕ ਗੱਲ, ਦੂਜੀ ਗੱਲ ਦੇਖੋ, ਇਹ ਹੈ ਕਿ ਅਸੀਂ ਜਿਹੜੀ ਕਿਸਾਨ ਦੇ ਮੁੱਦੇ ਨੇ, ਜਿਹੜੇ MSP ਹੈ, ਕਰਜ਼ਾ ਮੁਕਤੀ ਹੈ, ਕਿਸਾਨਾਂ ਦੀ ਪੈਨਸ਼ਨ ਹੈ 10,000 ਰੁਪਇਆ ਪ੍ਰਤੀ ਮਹੀਨਾ, ਫਸਲਾਂ ਦੇ ਬੀਮੇ ਦੀ ਨੀਤੀ ਦੀ ਗੱਲ ਹੈ, ਕਰਜ਼ਾ ਮੁਕਤੀ ਤੋਂ ਮਤਲਬ ਇੱਕ ਵਾਰੀ ਕਿਸਾਨਾਂ ਦੇ ਪੂਰੇ ਕਰਜ਼ੇ 'ਤੇ ਲੀਕ ਮਾਰ ਕੇ ਕਿਸਾਨਾਂ ਨੂੰ ਸੁਰਖਰੂ ਕੀਤਾ ਜਾਵੇ, ਬਿਜਲੀ ਬਿੱਲ 2020 ਸੀ ਜਿਹੜਾ ਉਹਨੂੰ ਪਾਰਲੀਮੈਂਟ 'ਚ ਪਾਸ ਨਾ ਕੀਤਾ ਜਾਵੇ, ਜਿਹੜੀ ਨਵੀਂ ਖੇਤੀ ਨੀਤੀ ਬਾਰੇ ਵੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਖੇਤੀ ਨੀਤੀ ਹੈ ਜਿਹੜੀ ਉਹ ਜਲਦੀ ਕਿਸਾਨ ਪੱਖੀ ਖੇਤੀ ਨੀਤੀ ਹੈ ਜਿਹੜੀ ਉਹ ਬਣਾ ਕੇ ਅਨਾਊਂਸ ਕੀਤੀ ਜਾਵੇ, ਕਾਰਪੋਰੇਟ ਪੱਖੀ ਨਹੀਂ ਹੋਣੀ ਚਾਹੀਦੀ, ਸੋ ਖੇਤੀ ਨੀਤੀ ਅਨਾਊਂਸ ਕੀਤੀ ਜਾਵੇ। ਇਸੇ ਤਰ੍ਹਾਂ ਬਾਕੀ ਦੇ ਮੁੱਦੇ ਜਿਹੜੇ ਜ਼ਮੀਨ ਐਕੁਜੀਸ਼ਨ ਐਕਟ ਹੈ, ਲੈਂਡ ਐਕੁਜੀਸ਼ਨ ਐਕਟ 2013 ਉਹਨੂੰ ਲਾਗੂ ਕੀਤਾ ਜਾਵੇ। ਇਵੇਂ ਕੋਆਪਰੇਟਿਵ ਅਦਾਰੇ ਨੇ ਜਿਹੜੇ, ਕੋਆਪਰੇਟਿਵ ਅਦਾਰੇ ਜਾਂ ਕੋਆਪਰੇਟਿਵ ਮਹਿਕਮਾ ਜਿਹੜਾ, ਉਹਨੂੰ ਕੇਂਦਰ ਸਰਕਾਰ ਵੀ ਅਤੇ ਪੰਜਾਬ ਸਰਕਾਰ ਵੀ ਇੱਕ ਤਰ੍ਹਾਂ ਦੀ ਕਹਿ ਲਓ ਬੁਰੀ ਤਰ੍ਹਾਂ ਕ੍ਰਿਪਲ ਕਰ ਰਹੀ ਹੈ, ਉਹਨੂੰ ਬਚਾਉਣ ਵਾਸਤੇ ਅਸੀਂ ਸੱਦਾ ਦੇ ਰਹੇ ਹਾਂ। ਸੋ ਪਾਣੀਆਂ ਦੇ ਮਸਲੇ 'ਤੇ ਵੀ, ਇਸ ਲਈ ਅਸੀਂ ਅੱਜ ਦੀ ਪੰਚਾਇਤ ਦੇ ਰਾਹੀਂ ਲੋਕਾਂ ਨੂੰ ਸੁਝਾਅ ਚੇਤਨ ਕਰ ਰਹੇ ਹਾਂ, ਬੁਲਾਰੇ ਬੋਲ ਰਹੇ ਨੇ, ਔਰ 17 ਤਰੀਕ ਨੂੰ ਅਸੀਂ ਇਸੇ ਮਹੀਨੇ ਦੀ 17 ਤਰੀਕ ਨੂੰ ਆਲ ਇੰਡੀਆ ਲੈਵਲ ਦੀ ਮੀਟਿੰਗ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ, ਉਹ ਚੰਡੀਗੜ੍ਹ ਰੱਖੀ ਹੋਈ ਹੈ, ਉਹਦੇ 'ਚ ਅਸੀਂ ਫਾਈਨਲ ਕਰਾਂਗੇ ਕਿ ਆਲ ਇੰਡੀਆ ਲੈਵਲ ਦਾ ਜੋ ਮੋਰਚਾ ਨਵੰਬਰ ਦਾ ਮਹੀਨਾ ਆ ਰਿਹਾ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਯਾਦ ਕਰਦੇ ਹੋਏ 26 ਨਵੰਬਰ ਨੂੰ ਔਰ 3 ਅਕਤੂਬਰ ਨੂੰ ਜਿਸ ਦਿਨ ਲਖੀਮਪੁਰ ਖੀਰੀ ਦੀ ਘਟਨਾ ਵਾਪਰੀ ਸੀ, ਉਦਣ ਵੀ ਦੇਸ਼ ਵਿਆਪੀ ਸ਼ਹੀਦੀ ਸਮਾਗਮ ਕੀਤੇ ਜਾਣ, 26 ਨਵੰਬਰ ਨੂੰ ਇੱਕ ਦੇਸ਼ ਵਿਆਪੀ ਅੰਦੋਲਨ ਹੈ ਜਿਹੜਾ ਕਿਸਾਨਾਂ ਦਾ, ਜਿਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਹਟਿਆ ਕਿ ਜਿਹਦੇ 'ਚ ਪੰਜਾਬ ਦੀਆਂ ਜਥੇਬੰਦੀਆਂ ਦੀ ਮੇਨ ਰੀੜ੍ਹ ਦੀ ਹੱਡੀ ਵੀ ਅਤੇ ਦਿਮਾਗ ਦੀ ਭੂਮਿਕਾ ਲੋਕ ਮੰਨਦੇ ਨੇ, ਉਹ ਹੋਊਗੀ ਵੀ ਅਤੇ ਇੱਕ ਵੱਡਾ ਅੰਦੋਲਨ ਬਿਲਡਅਪ ਕਰਨ ਦੇ ਵਿੱਚ ਫੈਸਲਾ ਕੀਤਾ ਜਾਊਗਾ। ਇੱਕ ਪਾਸੇ ਜਿਹੜਾ ਹੈਗਾ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਪਹਿਲਾਂ ਗੱਲ ਸੀ, ਪ੍ਰਦਰਸ਼ਨ ਕਰਨ ਦੀ ਗੱਲ ਸੀ, ਸਹਿਮਤੀ ਬਣ ਚੁੱਕੀ ਹੈ, ਤੁਹਾਡਾ ਇਹ ਅੱਜ ਦਾ ਹੀ ਪ੍ਰੋਗਰਾਮ ਹੈ ਮੁੱਖ ਤੌਰ ਦੇ ਉੱਪਰ ਜਿਹੜੇ ਮਹਾਂਪੰਚਾਇਤ? ਮਹਾਂਪੰਚਾਇਤ ਦਾ ਇਹ ਸੀ ਕਿ ਅਸੀਂ ਇੱਕ ਦਿਨ ਦਾ ਪ੍ਰੋਗਰਾਮ ਕਰਨਾ, ਉੱਧਰ ਅਗਰਾਹਾਂ ਜੀ ਹੁਣਾਂ ਨੇ ਖੇਤੀ ਨੀਤੀ ਨੂੰ ਲੈ ਕੇ 5 ਦਿਨ ਦਾ ਪ੍ਰੋਗਰਾਮ ਰੱਖਿਆ, ਉਹਨਾਂ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਕਿੰਨੀਆਂ ਜਥੇਬੰਦੀਆਂ ਸ਼ਾਮਿਲ ਹੋਈਆਂ ਮਹਾਂਪੰਚਾਇਤ? ਕਿਸਾਨ ਮੋਰਚੇ 'ਚ ਸਾਡੀਆਂ ਦੇਖੋ, ਮੈਨੂੰ ਲੱਗਦਾ ਇਹ ਘੱਟੋ ਘੱਟ 33-34 ਜਥੇਬੰਦੀਆਂ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਨੇ, ਕੋਈ ਛੋਟੀਆਂ ਜਥੇਬੰਦੀਆਂ ਪਤਾ ਨਹੀਂ ਆਈਆਂ ਕਿ ਨਹੀਂ ਆਈਆਂ, ਲੇਕਿਨ 33-34 ਜਥੇਬੰਦੀਆਂ ਹੈਗੀਆਂ ਨੇ, ਕੋਈ 100 ਆ ਗਿਆ, ਕੋਈ 50 ਆ ਗਏ, ਕੋਈ 500 ਆ ਗਏ, ਕੋਈ 1000 ਆ ਗਏ, ਸੋ 10,000 ਦੇ ਕਰੀਬ ਇਕੱਠ ਹੈ ਮੈਨੂੰ ਲੱਗਦਾ, 10,000 ਤੋਂ ਥੋੜ੍ਹਾ ਬਹੁਤਾ ਘੱਟ ਵੱਧ ਹੋ ਸਕਦਾ, ਬਹੁਤ ਜ਼ਿਆਦਾ ਗੱਪ ਮਾਰੀਏ ਵੀ 25-30 ਹਜ਼ਾਰ ਹੈ ਉਹ ਵੀ ਠੀਕ ਨਹੀਂ ਹੈ, 10,000 ਤੋਂ ਘੱਟ ਹੋਊਗਾ, ਕੁਛ ਪਲੱਸ ਮਾਈਨਸ ਉੱਧਰ ਵੱਧ ਹੋ ਸਕਦਾ, ਸੋ ਅੱਜ ਦਾ ਇਹ ਇਕੱਠ ਹੈ ਜਿਹੜਾ ਇੱਕ ਤਰ੍ਹਾਂ ਦਾ ਕਹਿ ਲਓ ਜਿਵੇਂ ਟ੍ਰੇਲਰ ਹੁੰਦਾ, ਉਹ ਟ੍ਰੇਲਰ ਟਾਈਪ ਹੈ ਇਹ, ਕੇਂਦਰ ਸਰਕਾਰ ਚੰਡੀਗੜ੍ਹ UT 'ਚ ਪ੍ਰੋਗਰਾਮ ਹੋ ਰਿਹਾ, ਕੇਂਦਰ ਸਰਕਾਰ ਲਈ ਵੀ ਅਤੇ ਪੰਜਾਬ ਸਰਕਾਰ ਲਈ ਵੀ,
ਵੀ ਅਗਰ ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਧਿਆਨ ਨਹੀਂ ਦਿਓਗੇ ਤਾਂ ਆਉਣ ਵਾਲੇ ਦਿਨਾਂ ਦੇ ਅੰਦਰ ਕਿਸਾਨਾਂ ਦਾ ਗੁੱਸੇ ਅਤੇ ਏਕਤਾ ਅਤੇ ਅੰਦੋਲਨ ਦਾ ਸਾਹਮਣਾ ਤੁਹਾਨੂੰ ਕਰਨਾ ਪਊਗਾ। ਉਹਦੇ ਲਈ ਅਸੀਂ ਤਿਆਰ ਹੋ ਰਹੇ, ਤੁਸੀਂ ਤਿਆਰ ਹੋ ਗਏ। ਤਾਂ ਇਹ ਮਹਾਂਪੰਚਾਇਤ ਜਿਹੜੀ ਇਸੇ ਤਰੀਕੇ ਦੇ ਨਾਲ ਅੱਜ ਇੱਕ ਦਿਨ ਰੁਕੇਗੀ ਔਰ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਵੀ ਐਲਾਨ ਕਰਕੇ ਦੱਸਿਆ ਜਾਣਾ ਹੈ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸੂਰਾ ਟੀਵੀ, ਚੰਡੀਗੜ੍ਹ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।